अपनी झूठी शान अते अणख दे खातर परिवारक मैंबरां दे वल्लों अपनी 19 सालां दी धी नूं मौत दे घाट उतार दिता गया। मामला हुशियारपुर के गुरशंकर के पिंड सौली तो सामने आया है, जिथे कि अणख दे खातर लड़की का गला घोट के उसनूं रातों रात ही मार के संस्कार कर दिता गया। जब पुलिस ने इस मामले की जानकारी मिली तो पुलिस ने 24 घंटिया के अंदर ही यह मामला सुलझा लिया और तीन दोषियों नूं हिरासत विच भी लै लिया है। इस पूरे मामले ते वध जानकारी थाना गुरशंकर के SHO इकबाल सिंह ने प्रेस कॉन्फ्रेंस करके दिती है। कल एक मुकदमा दर्ज हो 87 नंबर 302/2020 लड़की सी जसप्रीत कौर, वो घरद्या ने मदर चाचा चाचे का दो मुंडे एक होर बन के अपने नाल के पिंड बीरमपुर ने रल के वह मर्डर करता जी। तो बाद रात में ही जो संस्कार कर दिता। तो वो संबंध में असी कल मुकदमा दर्ज करके तफ्तीश शुरू की। तो दौरान तफ्तीश तीन दोषी जोड़े, एक लड़की की माता, एक माता बलविंदर कौर, चाचा सतदेव, तो एक चाचे का मुंडा गुरदीप सिंह जोड़ा कि अपने कमांडो के साथ पुलिस में है। इन तिना घर अरेस्ट किया, जिन्होंने अज भेज दवल करा तो रिमांड लैके अगली पुछगछ ਹੋਰ ਕਰਾਂਗੇ। ਜੋ ਹੋਰ ਕੋਈ ਨਵਾਂ ਪਹਿਲੂ ਆਇਆ ਤਾਂ ਉੱਤੇ ਸਰ ਕੀ ਕਾਰਨ ਰਿਹਾ ਕਤਲ ਦਾ? ਸਰ ਇਹ ਕੀ ਕਾਰਨ ਰਿਹਾ ਲੜਕੀ ਦੇ ਮਾਰਨ ਦਾ? ਕਾਰਨ ਇਹ ਲੜਕੀ ਦਾ ਪਹਿਲਾਂ ਵੀ ਦੱਸਿਆ ਸੀਗਾ ਵੀ 22 ਤਰੀਕ ਨੂੰ ਘਰੋਂ ਚਲ ਗਏ ਸੀ ਬਿਨਾਂ ਦੱਸੇ ਪਿੱਛੇ। ਇਹ ਕੋਈ ਮੁੰਡਾ ਸੀਗਾ ਉਹ 'ਤੇ ਸ਼ੱਕ ਕਰ ਰਹੇ ਸੀ, ਪਰ ਉਹਦੀ ਜਦੋਂ ਵੈਰੀਫਾਈ ਕੀਤਾ ਮੁੰਡਾ ਤਾਂ ਆਪਣੇ ਖੇਤਾਂ 'ਚ ਕੰਮੇ ਕਰਦਾ ਸੀਗਾ। ਅਤੇ ਲੜਕੀ ਜਿਹੜੀ ਫਿਰ ਦੂਸਰੇ ਦਿਨ ਇਹਨਾਂ ਨੂੰ ਮਿਲ ਗਈ। ਇਹ ਸਾਨੂੰ ਫਿਰ ਆ ਕੇ ਲਿਖਤੀ ਤੌਰ 'ਤੇ ਦੇਖਿਆ ਵੀ ਸਾਡੀ ਲੜਕੀ ਸਾਨੂੰ ਮਿਲ ਗਈ, ਅਸੀਂ ਕੋਈ ਕਾਰਵਾਈ ਨਹੀਂ ਕਰਨੀ ਇਹਨਾਂ ਦੇ। ਅਤੇ 23 ਤਰੀਕ ਨੂੰ ਆਈ ਆ ਅਤੇ 25 ਦੀ ਰਾਤ ਨੂੰ ਇਹਨੇ ਉਹਦਾ ਆਪਣੇ ਜਿੱਦਾਂ ਕਹਿੰਦੇ ਵੀ ਸਾਡੀ ਇਹਨੇ ਇੱਜ਼ਤ ਰੋਲੀ ਹੈ, ਇੱਜ਼ਤ ਰੋਲਣ ਦੀ ਨੀਅਤ ਨਾਲ ਇਹਨੂੰ ਗੁੱਸੇ ਵਿੱਚ ਆ ਕੇ ਉਹਦਾ ਮਰਡਰ ਕਰਤਾ। ਨਹੀਂ ਫਿਰ ਲੜਕੀ ਉਸ ਲੜਕੇ ਕੋਲ ਤਾਂ ਗਈ ਨਹੀਂ ਜੀ, ਫਿਰ ਇਹਦਾ ਮਤਲਬ ਤੁਸੀਂ ਕਹਿੰਦੇ ਹੋ ਫਿਰ ਤਾਂ ਕੰਮ ਕਰ ਰਿਹਾ ਸੀ, ਫਿਰ ਇਹਦਾ ਕੁਛ ਤਫਤੀਸ਼ ਹੋਈ ਕਿ ਕਿੱਥੇ ਸੀ ਰਾਤ ਕਿੱਥੇ ਰਹੀ? ਉਹ ਲੜਕੀ ਸਾਡੇ ਕੋਲ ਤਾਂ ਆਈ ਨਹੀਂ, ਉਹ ਕਹਿੰਦੀ ਮੈਂ ਗੁੱਸੇ ਹੋ ਕੇ ਇਹਨਾਂ ਘਰਦਿਆਂ ਨਾਲ ਕੋਈ ਗੁੱਸਾ ਗਿਲਾ ਦੇਗਾ ਉਹਦੇ ਵਿੱਚ ਨਹੀਂ, ਜਿਹੜੇ ਸਾਨੂੰ ਲੈ ਕੇ ਦਿੱਤਾ ਅਤੇ ਘਰੋਂ ਗੁੱਸੇ ਇਹਨਾਂ ਤੋਂ ਕੋਈ ਘਰੋਂ ਗੱਲਬਾਤ ਹੋਣੀ ਕੋਈ ਮਾੜੀ ਮੋਟੀ ਗੁੱਸੇ ਹੋ ਕੇ ਚੱਲ ਗਈ ਪਹਿਲਾਂ, ਅਤੇ ਉਹ ਲੜਕੇ ਨਾਲ ਉਹਦੀ ਕੋਈ ਗੱਲਬਾਤ ਨਹੀਂ ਜੇ ਸਾਨੂੰ। ਇਹ ਪੁਲਿਸ ਮੁਲਾਜ਼ਮ ਜੋ ਗੁਰਦੀਪ ਸਿੰਘ ਸਰ ਕਿੱਥੇ ਤਾਇਨਾਤ ਹੈ? ਪੁਲਿਸ ਮੁਲਾਜ਼ਮ ਸੀ ਐਮ ਸਕਿਉਰਟੀ ਜਾਂ ਫੋਰ ਦਾ ਫੋਰ ਕਮਾਂਡੋ ਦਾ ਹੈਗਾ ਇਹ, ਅਤੇ ਹੁਣ ਇਸ ਵੇਲੇ ਇਹਦੀ ਅਟੈਚਮੈਂਟ ਹੈ ਵੀ ਸੀ ਐਮ ਸਕਿਉਰਟੀ ਚੰਡੀਗੜ੍ਹ। ਫਿਲਹਾਲ ਦੱਸਣਯੋਗ ਹੈ ਕਿ ਪੁਲਿਸ ਦੇ ਵੱਲੋਂ ਵੱਖ ਵੱਖ ਧਾਰਾਵਾਂ ਦੇ ਤਹਿਤ ਦੋਸ਼ੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।